Santasang Jaagee Santasang Jaagee Maiee.
Santasang, Jaagee, Santasang, Jaagee, Jaagee, Maiee, Santasang. ਕੇਦਾਰਾ ਮਹੱਲਾ ਪੰਜਵਾ ਕੇਦਾਰਾ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਪ੍ਰਿਆ ਰੰਗ ਦੇਖਿਆ ਜਪਤੀ ਨਾਮ ਨਿਧਾਨੀ ਮਾਈ ਸੰਤ ਸੰਗ ਜਾਗੀ ਪ੍ਰਿਆ ਰੰਗ ਦੇਖਿਆ ਜਪਤੀ ਨਾਮ ਨਿਧਾਨੀ ਰਹਾਉ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਤਿਆਸ ਬਿਡਾਨੀ ਅਬ ਗੁਰ ਪਾਇਓ ਹੈ ਸਹਿਜ ਸੁਖਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖ ਦਮੋਦਰ ਰਹੱਸ ਮਨ ਉਪਜਿਓ ਨਾਨਕ ਪ੍ਰਿਆ ਅੰਮ੍ਰਿਤ ਬਾਣੀ ਦੇਖ ਦਮੋਦਰ ਰਹੱਸ ਮਨ ਉਪਜਿਓ ਨਾਨਕ ਪ੍ਰਿਆ ਅੰਮ੍ਰਿਤ ਬਾਣੀ ਦੇਖ ਦਮੋਦਰ ਰਹੱਸ ਮਨ ਉਪਜਿਓ ਨਾਨਕ ਪ੍ਰਿਆ ਅੰਮ੍ਰਿਤ ਬਾਣੀ ਇਹ ਤਾਂ ਆਪ ਜੀ ਨੂੰ ਸੁਣਾਇਆ ਸ਼ਬਦ ਪੜ੍ਹ ਕੇ ਕਿ ਕੋਈ ਸੰਗਤ ਇਸ ਤਰ੍ਹਾਂ ਨਾ ਕਹੇ ਕਿ ਸਮਝ ਨਹੀਂ ਆਈ ਸਮਝ ਨਹੀਂ ਆਈ ਇਸ ਤਰ੍ਹਾਂ ਦੇ ਮਿਲਦੇ ਆ ਵੀ ਤੁਸੀਂ ਬੜੇ ਔਖੇ ਸ਼ਬਦ ਪੜ੍ਹਦੇ ਹੋ ਜੀ ਸਮਝ ਨਹੀਂ ਆਉਂਦੀ ਮੈਂ ਕਿਹਾ ਜੇ ਮੇਰੀ ਸਮਝ ਨਹੀਂ ਆਈ ਤਾਂ ਫਿਰ ਆਉਣੀ ਵੀ ਨਹੀਂ ਕਿਸੇ ਦੀ ਜੇ ਮੇਰੀ ਨਹੀਂ ਸਮਝ ਆਈ ਤਾਂ ਫਿਰ ਆਉਣੀ ਵੀ ਨਹੀਂ ਕਿਸੇ ਦੀ ਤੋ ਇਸ ਕਰਕੇ ਇਹ ਪੜ੍ਹਿਆ ਹੈ ਸ਼ਬਦ ਮੈਂ ਪੜ੍ਹਦਾ ਅਕਸਰ ਕਿ ਸੰਗਤ ਨੂੰ ਸਮਝ ਆ ਜਾਏ ਗੁਰਬਾਣੀ ਦੀ ਕਿਉਂਕਿ ਸਮਝਾਉਣੀ ਤਾਂ ਗੁਰਬਾਣੀ ਹੈ ਨਾ ਤੋ ਰਾਗ ਸੱਚੇ ਪਾਤਸ਼ਾਹ ਨੇ ਬਖਸ਼ਿਆ ਗਰੀਬ ਨੂੰ ਆਜ ਨੇ ਸੱਚੇ ਪਾਤਸ਼ਾਹ ਨੇ ਕਿਉਂਕਿ ਰਾਗ ਜਦੋਂ ਰਾਗ ਵਿੱਚ ਬਾਣੀ ਪੜ੍ਹੋਗੇ ਉਹ ਵੀ ਨਿਰਧਾਰਤ ਰਾਗ ਵਿੱਚ ਸੱਚੇ ਪਾਤਸ਼ਾਹ ਦਾ ਹੁਕਮ ਹੈ ਆਦੇਸ਼ ਹੈ ਤਾਂ ਉਹ ਹਰ ਇੱਕ ਰਾਗੀ ਸਿੰਘ ਨੂੰ ਉਹ ਮੰਨਣਾ ਚਾਹੀਦਾ ਔਰ ਰਾਗਬੱਧ ਕੀਰਤਨ ਜਿਹੜਾ ਸੱਚੇ ਪਾਤਸ਼ਾਹ ਨੇ ਤੋ ਮੈਨੂੰ ਹੈਰਾਨੀ ਹੁੰਦੀ ਹੈ ਸਾਡਾ ਲਾਣਾ ਜਿਹੜਾ ਕੀਰਤਨ ਰਾਗ ਆਪਣਾ ਰਾਗ ਕੀਰਤਨ ਦਰਬਾਰ ਰਾਗ ਨਿਰਧਾਰਤ ਮੈਂ ਕੀਰਤਨ ਤਾਂ ਹੈ ਹੀ ਰਾਗਾਂ 'ਚ ਕੀਰਤਨ ਤਾਂ ਹੈ ਹੀ ਰਾਗਾਂ 'ਚ ਉਹਦਾ ਕੀ ਰਾਗ ਆਖਿਰ ਰਾਗ ਦਰਬਾਰ ਜੀ ਫਜ਼ੂਲ ਗੱਲਾਂ ਜਿਸ ਤਰ੍ਹਾਂ ਮਸਕੀਨ ਸਾਹਿਬ ਕਹਿੰਦੇ ਆ
ਤੋ ਕੀਰਤਨ ਤਾਂ ਹੈ ਹੀ ਰਾਗ ਅਖਜੀ ਹੁਣ ਰਾਗ ਦਰਬਾਰ ਕੀਰਤਨ ਰਾਗਾਂ 'ਚ ਤੋ ਸਮਝ ਤੋਂ ਬਾਹਰ ਗੱਲ ਹੋ ਜਾਂਦੀ ਹੈ ਵੀ ਕੀਰਤਨ ਤਾਂ ਹੈ ਹੀ ਰਾਗ ਰਾਗਾਂ 'ਚ ਕੀਰਤਨ ਕਰਨਾ ਸਿੱਖੋ ਗੁਰੂ ਦੀ ਖੁਸ਼ੀ ਪ੍ਰਾਪਤ ਹੋਵੇ ਤੁਹਾਨੂੰ ਸਿੱਖਣਾ ਕੀ ਹੈ ਪੈਂਤੀ ਨਹੀਂ ਆਉਂਦੀ ਗੁਰਬਾਣੀ ਤਾਂ ਕੀਰਤਨ ਤਾਂ ਦੂਰ ਦੀ ਗੱਲ ਹੈ ਪੈਂਤੀ ਨਹੀਂ ਆਉਂਦੀ ਆਪਣੇ ਬੱਚਿਆਂ ਨੂੰ ਪੈਂਤੀ ਅੱਖਰੀ ਊੜਾ ਆੜਾ ਨਹੀਂ ਆਉਂਦੀ ਕੀਰਤਨ ਕਿਸ ਤਰ੍ਹਾਂ ਆਏਗਾ ਪੈਂਤੀ ਅੱਖਰੀ ਨਹੀਂ ਆਉਂਦੀ ਉਸ ਤਰ੍ਹਾਂ ਗੱਲਾਂ ਸਾਡੀਆਂ ਬਹੁਤ ਵੱਡੀਆਂ ਹੁੰਦੀਆਂ ਪਰ ਸਾਡੇ ਸਿੱਖ ਬੱਚਿਆਂ ਨੂੰ ਪੈਂਤੀ ਨਹੀਂ ਆਉਂਦੀ ਊੜਾ ਆੜਾ ਜਿਹੜੀ ਸਹਾ ਨਹੀਂ ਆਉਂਦਾ ਇਹ ਪਹਿਲਾਂ ਸਿਖਾਓ ਪਹਿਲਾਂ ਊੜਾੜਾ ਸਿਖਾਓ ਚੰਗੇ ਵਿਦਵਾਨ ਗ੍ਰੰਥੀ ਜੀ ਪਾਸੋਂ ਭਾਈ ਸਾਹਿਬ ਆਏ ਨੇ ਤੋ ਮੁਹਾਰਨੀ ਅਸੀਂ ਛੋਟੇ ਛੋਟੇ ਹੁੰਦੇ ਮੁਹਾਰਨੀ ਪੜ੍ਹਦੇ ਕ ਕਾ ਕੇ ਕੀ ਉਹਦਾ ਉਚਾਰਨ ਲਾਵਾਂ ਦੁਲਾਵਾਂ ਦਾ ਔਂਕੜ ਦੁਲੌਂਕੜ ਦਾ ਉਚਾਰਨ ਕਿਸ ਤਰ੍ਹਾਂ ਹੈ ਪਤਾ ਲੱਗਦਾ ਤੋ ਜਿਹਨੇ ਉਹ ਪੜ੍ਹੀ ਹੈ ਮੁਹਾਰਨੀ ਅਤੇ ਉਹ ਗੁਰਬਾਣੀ ਸ਼ੁੱਧ ਪੜ੍ਹੇਗਾ ਗਲਤ ਨਹੀਂ ਪੜ੍ਹੇਗਾ ਪਹਿਲਾਂ ਪੈਂਤੀ ਅੱਖਰੀ ਸਿਖਾਓ ਬੱਚਿਆਂ ਨੂੰ ਮੁਹਾਰਨੀ ਸਿਖਾਓ ਫਿਰ ਉਸ ਤੋਂ ਬਾਅਦ ਗੁਰਬਾਣੀ ਸਿਖਾਓ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੇ ਸਤਿਕਾਰਯੋਗ ਪਿਤਾ ਜੀ ਸਦਾ ਚੰਨ ਸਦਾ ਦੀਦਾਰ ਸਿੰਘ ਜੀ ਉਹਨਾਂ ਦੇ ਬੇਟੇ ਮੇਰੇ ਭਰਾ ਬੜੀ ਖੁਸ਼ੀ ਹੋਈ ਮਿਲ ਕੇ ਕਿਉਂਕਿ ਪਿਤਾ ਜੀ ਸਦਾ ਦੀਦਾਰ ਸਿੰਘ ਜੀ ਬਹੁਤ ਮਹਾਨ ਰਸੀਏ ਕੀਰਤਨ ਦੇ ਬਹੁਤ ਰਸੀਏ ਕੀਰਤਨ ਦੇ ਮੇਰੇ ਕੋਲ ਸ਼ਬਦ ਨਹੀਂ ਹੈ ਉਹਨਾਂ ਨੇ ਪਿਤਾ ਜੀ ਭਾਈ ਬਖਸ਼ੀਸ਼ ਸਿੰਘ ਜੀ ਹੋਰਾਂ ਦੇ ਹੋਰ ਪੁਰਾਤਨ ਕੀਰਤਨੀਆਂ ਦੀ ਰਿਕਾਰਡਿੰਗ ਕਿਸ ਤਰ੍ਹਾਂ ਕੀਤੀ ਜਾ ਕੇ ਓਏ ਹੋਇਆ ਇੱਕ ਸੌਖਾ ਕੰਮ ਨਹੀਂ ਗਾ ਉਹਨਾਂ ਕੋਲ ਜਾ ਕੇ ਮਿੰਨਤਾਂ ਕਰਕੇ ਉਹ ਰਿਕਾਰਡਿੰਗ ਉਹਨਾਂ ਦੀ ਪ੍ਰਾਪਤ ਕੀਤੀ ਪਿਤਾ ਜੀ ਹੋਰਾਂ ਨੇ ਬਹੁਤ ਵੱਡਾ ਜਿਹੜਾ ਇਹਨਾਂ ਨੇ ਯੋਗਦਾਨ ਇਹ ਪਾਇਆ ਹੈ ਕੀਰਤਨ ਦੀ ਸੇਵਾ ਵਿੱਚ ਸਦਾ ਦੀਦਾਰ ਸਿੰਘ ਹੋਰਾਂ ਨੇ ਤੋ ਉਹਨਾਂ ਦੇ ਪੋਤਰੇ ਰਾਤ ਪਤਾ ਚੱਲਿਆ ਵੀ ਉਹ ਮਤਲਬ ਐਡੀ ਕਿਰਪਾ ਹੈ ਕਿ ਅਸੀਂ ਵੀ ਨਹੀਂ ਕਰ ਸਕਦੇ ਜੋ ਉਹ ਬੱਚੇ ਕਰਦੇ ਆ ਧਰੁਪਦ ਧਮਾਰ ਵਿੱਚ ਕੀਰਤਨ ਕਰਦੇ ਆ ਸੌਖਾ ਨਹੀਂ ਇਹ ਕੰਮ ਕੋਈ ਨਾ ਔਖਾ ਵਿਸ਼ਾ ਹੈ ਬਹੁਤ ਔਖਾ ਅਤੇ ਬਖਸ਼ਿਸ਼ ਹੈ ਬੱਚਿਆਂ 'ਤੇ ਤੋ ਮੈਨੂੰ ਹੈਰਾਨੀ ਹੋਈ ਵੀ ਇਹ ਸਿੱਖੇ ਤੋਂ ਵੀ ਨਹੀਂ ਆਉਂਦਾ ਅਤੇ ਉਹ ਕਹਿੰਦੇ ਜੀ ਉਹ ਆਪਣੇ ਆਪ ਹੀ ਕਿਰਪਾ ਮਹਾਰਾਜ ਦੀ ਹੋਈ ਹੈ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਫਿਰ ਐਡੇ ਵੱਡੇ ਧਰੁਪ ਧਮਾਰ ਗਾਉਣੀ ਕਿਤੇ ਖਾਲਾ ਹੀ ਦਾ ਬੜਾ ਸੌਖਾ ਕੰਮ ਹੈ ਕਿਰਪਾ ਹੈ ਮਹਾਰਾਜ ਦੀ ਅਤੇ ਕਿਰਪਾ ਤਾਂ ਹੋਣੀ ਹੈ ਜਦੋਂ ਸਾਡੇ ਪਰਮ ਪੂਜਯ ਪਿਤਾ ਜੀ ਸ੍ਰੀ ਦੀਦਾਰ ਸਿੰਘ ਜੀ ਨੇ ਸਾਰੀ ਉਮਰ ਜਿਹੜੀ ਹੈ ਇਸ ਪਾਸੇ ਲਾਈ ਬਹੁਤ ਵੱਡਾ ਕੰਮ ਕੀਤਾ ਬਹੁਤ ਵੱਡਾ ਉਪਰਾਲਾ ਉਹਨਾਂ ਦਾ ਤੋ ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਜਾਬੀ ਬਖਸ਼ੇ ਇੰਡੀਆ ਗਏ ਨੇ ਤੋ ਸੱਚੇ ਪਾਤਸ਼ਾਹ ਕਿਰਪਾ ਕਰਨ ਬੱਚਿਆਂ ਕੋਲ ਸੁੱਖ ਸ਼ਾਂਤੀ ਨਾਲ ਆਉਣ ਗ੍ਰੀਨਵਾਸ ਔਰ ਸਾਰੀ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੋ ਵੀ ਸੱਚੇ ਪਾਤਸ਼ਾਹ ਦੇ ਚਰਨ ਪਰਸੇ ਹੈ ਸਾਰਿਆਂ ਨੂੰ ਗ੍ਰੀਨਵਾਸ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਅੰਮ੍ਰਿਤ ਵੇਲਾ ਨਾਮਦਾਨ ਇਸ਼ਨਾਨ ਬਖਸ਼ ਕਰਨ ਤੋ ਕੀਰਤਨ ਦੀ ਪਰੰਪਰਾ ਹੈ ਕੀਰਤਨ ਦਾ ਇਹ ਸਾਡਾ ਜਿਸ ਤਰ੍ਹਾਂ ਇਹ ਕਹਿੰਦੇ ਨਾ ਗਾਇਕ ਜਿਹੜੇ ਦੂਜੇ ਵੀ ਹੈਗੇ ਪੰਜਾਬੀ ਸੱਭਿਆਚਾਰ ਸੱਭਿਆਚਾਰ ਤਾਂ ਪੁਰਾਣਾ ਸੀ ਹੁਣ ਕਿੱਥੇ ਸੱਭਿਆਚਾਰ ਹੈ ਹੁਣ ਤਾਂ ਅਸੱਭਿਆਚਾਰ ਹੈ ਅਸੱਭਿਆ ਸੱਭਿਆਚਾਰ ਤਾਂ ਪੁਰਾਣਾ ਸੀ ਪੁਰਾਣੇ ਗੀਤ ਜਿਹੜੇ ਸੁਣਦੇ ਹਾਂ ਅਸੀਂ ਅੱਜ ਤੋਂ 50 ਸਾਲ ਪਹਿਲਾਂ ਦੇ ਉਹ ਸੱਭਿਆਚਾਰ ਸੀ ਤੋ ਇਸ ਤਰ੍ਹਾਂ ਕੀਰਤਨ ਦੀ ਸ਼ੈਲੀ ਜਿਹੜੀ ਹੈ ਉਹ ਵੀ ਅਲੋਪ ਹੋ ਗਈ ਉਹ ਵੀ ਅੱਜ ਤੋਂ ਪਿੱਛੇ ਚਲੇ ਜਾਈਏ 70 ਦਾ ਦਹਾਕਾ 60 ਦਾ ਉਹ ਸੀ ਕੀਰਤਨ ਉਹਨਾਂ ਸਮਿਆਂ 'ਚ ਤੋ ਜਿਸ ਢੰਗ ਨਾਲ ਪੁਰਾਤਨ ਕੀਰਤਨੀਏ ਰਵਾਬੀ ਸਿੰਘ ਸ੍ਰੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਕੀਰਤਨ ਕਰਦੇ ਸੀ ਇਹ ਬੰਦਸ਼ਾਂ ਉਹਨਾਂ ਦਾ ਪ੍ਰਕਾਰ ਹੈ ਤੋ ਦੁਬਾਰਾ ਮੈਂ ਫਿਰ ਪੜ੍ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਕੇਦਾਰਾ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਪ੍ਰਿਆ ਰੰਗ ਦੇਖਿਆ ਜਪਤੀ ਨਾਮ ਨਿਧਾਨੀ ਰਹਾਓ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਇਤਿਆਸ ਵਿਡਾਨੀ ਅਬ ਗੁਰ ਪਾਇਓ ਹੈ ਸਹਿਜ ਸੁਖਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖਤ ਦੇਖ
Yeah.